사람들이 사산 드리니 관리엔 드리네. 만트리사 사시까지 사시까지 만트리사 기 기가 새로 기가 기가 호 빨리 아 빨리요 만트리사 기 걸타 아프니 아게 이 이거 뿌리 네 릴리아 되니 아빠 अच्छा हां जी बा काम खींच के रखना पैसा पूरा गोटा का बस अपने पेट के सारी टोटे वाली ने ओ बाबा तुसी अपना पेट सीधे बूटे पवा दो अरे मंत्री साहब जी की गल कर रहे हो हां किदा देता सी वोटा पाले टोडियां हर वता अपनी पेट दी वोटा सी पाने तो टेंशन काई लेने हो ओ टेंशन हुंदी हो आ ओ तो मानदे पर वोटा तो सारी पहन गई है इनी गारंटी तो मैं देना तुम्हें अच्छा अच्छा हां जी ठीक है चल कोई गल नहीं करो मेहनत पूरी ठीक है ठीक है जी 100-150 ਵੋਟਾਂ ਤਾਂ ਆਪਣੇ ਬਾਈ ਦੇ ਬੁਲੇ ਨੇ ਸਾਰੀ ਸਪੋਰਟ ਬਾਈ ਦੇ ਆਪਣੀ ਹੋਏ ਨੇ ਸਪੋਰਟ ਤੋਂ ਪੂਰੀ ਕਰਾਂਗੇ ਅੱਛਾ ਆਪਣੇ ਨਾਲ ਬਾਈ ਹੈ ਹਾਂਜੀ ਆਪਾਂ ਫੱਟੇ ਚੱਕ ਲੈਣੇ ਨੇ ਬਾ ਫੱਟੇ ਚੱਕ ਦੇ ਆਪਾਂ ਛੱਡਣਾ ਨਹੀਂ ਕੰਮ ਨੂੰ ਬਾ ਠੀਕ ਪੂਰਾ ਕਰ ਦੋ ਮਿਹਨਤ ਪੂਰੀ ਚੱਕ ਦੋ ਫੱਟੇ ਠੀਕ ਹੈ ਹਾਂਜੀ ਹਾਂਜੀ ਬਾ ਠੀਕ ਹੈ ਜਿਹੜੇ ਕੋਈ ਚੀਜ਼ ਬਾਅਦ ਘੱਟ ਦੱਸ ਦਿਓ ਕੋਈ ਚੱਕ ਨਹੀਂ ਜੋ ਬਾਅਦ ਘੱਟ ਹੋਵੇ ਤੁਹਾਨੂੰ ਦੱਸਾਂਗੇ ਬਾ ਠੀਕ ਹੈ ਚੱਕ ਦੋ ਫੱਟੇ ਠੀਕ ਹੈ ਕੰਮ ਖਿੱਚਣਾ ਆਪਾਂ ਬਸ 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 ਹਾਂਜੀ ਓਕੇ ਠੀਕ ਆ ਮੰਤਰੀ ਸਾਹਿਬ ਜੀ ਟਾਈਮ ਤਾਂ ਬਹੁਤ ਹੋ ਗਿਆ ਚੱਲਦਾ ਜੀ ਹੁਣ ਠੀਕ ਹੈ ਸਿਰੋ ਹਾਂ ਕਰੋ ਕਿ ਠੀਕ ਆ ਹਾਂਜੀ ਹਾਂ ਪੂਰੀ ਕਰੋ ਕੰਮ ਖਿੱਚੀ ਤਾਂ ਨਹੀਂ ਆ ਠੀਕ ਹੈ ਠੀਕ ਹੈ ਚੱਕ ਦੋ ਵੱਡੇ ਉਹ ਵੀ ਜੀ ਮੰਤਰੀ ਸਾਹਿਬ ਨਾਲ ਹਾਂਜੀ ਗੱਲਬਾਤ ਹੋ ਗਈ ਆਪਣੀ ਬਸ ਵੋਟਾਂ ਦਾ ਕੰਮ ਖਿੱਚ ਦੇਣਾ ਤੇ ਕਾਹ ਦਿਖਾਗਾ ਚੱਲਦੀ ਵਾਲੀ ਵੀ ਐਂ ਹੀ ਰੱਖੇ ਤੁਸੀਂ ਉਹ ਖੜਕਾਈ ਵਾਲਾ ਕਰਦੀ ਐ ਰੱਖ ਕੀ ਕਰਦਾ ਤੁਸੀਂ ਤੇਰੀ ਨੌਕਰੀ ਦਾ ਸਵਾਲ ਹੈ ਉਹ ਨੌਕਰੀ ਦਾ ਕੀ ਇੱਥੇ ਬੰਦੇ ਉਡਾ ਦੇਣੇ ਸਾਫ ਕਰ ਚੱਲ ਕੋਈ ਨਾ ਹੋ ਗਿਆ अपनी पार्टी है बस खिच के काम जी वोटा जी बस जी सताल जी अपनी पक्की पार्टी वोटी पानी ठीक है जी अपना बंदा भेजा मतलब कि जो भी बंद ने आके लिता मेरा नाम की उन्होंने सौदा दे दो मेरे नाम से मंत्री साहब ने जरूरी है बस ठीक है मेरे नाम दे दो उधार मैं कर दूडा पूरा ठीक है दे सौदा बेफिक्रो हाँ जी चाह पानी ना बस चाह पानी ठीक है बस वोटा का काम कर दो ठीक है चक भी मेरा बादशाह ਲੈ ਫਿਰ ਬਾਦਸ਼ਾਹ ਨਾਲ ਬਾਦਸ਼ਾਹ ਦੀ ਕਾਟ ਬਾਦਸ਼ਾਹ ਦਾ ਬਾਦਸ਼ਾਹ ਕੀ ਹਾਲ ਹੈ ਤੁਹਾਡਾ ਵਧੀਆ ਜੀ ਵਧੀਆ ਓ ਯਾਰ ਆ ਕਿਹੜੀ ਗੇਮ ਲਾਈਏ ਆ ਤੁਹਾਡਾ ਗਰਮ ਖੂਨ ਹੈ ਨੌਜਵਾਨ ਬੰਦੇ ਤੁਸੀਂ ਆ ਗੇਮ ਤੁਹਾਨੂੰ ਖੇਲੀ ਦੀ ਹੁੰਦੀ ਹੈ ਤੁਸੀਂ ਦੱਸੋ ਫਿਰ ਕਿਹੜੀ ਗੇਮ ਲਾ ਲਈਏ ਕਬੱਡੀ ਕਬੱਡੀ ਵਾਲੀਬਾਲ ਵਾਲੀਬਾਲ ਤੁਹਾਨੂੰ ਖਿਲਾਵਾਂਗੇ ਯਾਰ ਕਿੱਟ ਦਵਾ ਦਿਓ ਸਾਨੂੰ ਸਮਾਨ ਦਵਾ ਦਿਓ ਵਾਲੀਬਾਲ ਦਵਾ ਦਿਓ ਨੈਟ ਦਵਾ ਦਿਓ ਵੋਟਾਂ ਤੋਂ ਬਾਅਦ ਤੁਹਾਡਾ ਸਭ ਕੁਛ ਬਣਵਾ ਦਾਂਗੇ ਆਪਾਂ ਪਹਿਲਾਂ ਲੈ ਕੇ ਦੇ ਦਿਓ ਨਾ ਨਹੀਂ ਖੇਡਾਂਗੇ ਗੇਮ ਵੋਟਾਂ ਤੋਂ ਬਾਅਦ ਪਵਾਵਾਂਗੇ ਆਪਾਂ ਟੈਂਸ਼ਨ ਲੈਣਾ ਤੁਸੀਂ ਆਪਣੀ ਪਾਸੇ ਸਰਕਾਰ ਆਣ ਦੋ ਤੁਸੀਂ ਬਸ ਵੋਟਾਂ ਦਾ ਕੰਮ ਖਿੱਚ ਦਿਓ ਉਹ
ਖੇਡਿਆ ਕਰਨੀ ਚੱਕ ਵੀ ਬਸ ਠੀਕ ਹੈ ਵੀਰ ਕਹਿ ਗਿਆ ਆਪਾਂ ਨੂੰ ਨੈੱਟ ਦਵਾ ਦੂ ਨੈੱਟ ਆਪਣਾ ਗਰਾਊਂਡ ਤੇ ਲੱਗ ਜੂਗਾ ਹਾਂ ਵਾਲੀਬਾਲ ਖੇਡਿਆ ਕਰਨੀ ਯਾਰ ਆ ਜੀ ਹਾਂ ਬਹੁਤ ਖੇਡਿਆ ਕਰਾਂਗੇ ਲੈ ਵੀ ਪਿੰਡ ਜੇ ਤਾਂ ਆਪਾਂ ਕਿਹੜਾ ਲਾਤਾ ਯਾਰ ਪੂਰਾ ਸਾਰਾ ਪਿੰਡ ਤਾਂ ਆਪਣੇ ਨਾਲ ਆ ਬੰਦਿਆਂ ਨੂੰ ਕਹਿਤਾ ਆਪਾਂ ਬਸ ਇੱਕ ਵਾਰ ਨਾ ਬੰਦੇ ਇਕੱਠੇ ਆ ਕਰਕੇ ਆਪਾਂ ਮੰਤਰੀ ਸਾਹਿਬ ਨੂੰ ਬੁਲਾ ਲਈਏ ਫਿਰ ਆਪਾਂ ਥੋੜ੍ਹੇ ਵਿਹਲੇ ਹੋਵਾਂਗੇ ਫਿਰ ਆਪਣਾ ਕੰਮ ਸੈੱਟ ਹੋ ਬਸ ਮੰਤਰੀ ਸਾਹਿਬ ਨੂੰ ਆਪਾਂ ਕਰਦੇ ਹਾਂ ਫੋਨ ਆਪਾਂ ਬੁਲਾਉਂਦੇ ਹਾਂ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਲਈਏ ਫੋਨ ਫਿਰ ਸਤਿ ਸ਼੍ਰੀ ਅਕਾਲ ਮੰਤਰੀ ਜੀ ਆਪਣਾ ਪਿੰਡ ਫਿਰ ਕਦੋਂ ਕੱਢਣਾ ਜੀ ਕਿੱਥੇ ਫਸ ਗਿਆ ਪਿੰਡ ਤੇਰਾ
ਕੋਈ ਨਾ ਕੋਈ ਨਾ ਕੱਲ ਨੂੰ ਕੱਢਦੇ ਆ ਤੁਹਾਡਾ ਪਿੰਡ, ਠੀਕ ਆ? ਐਂ ਕਰੀ ਫਿਰ ਜਨਾਨੀਆਂ ਇਕੱਠੀਆਂ ਕਰ ਲਈ। ਜਨਾਨੀਆਂ ਕਿੱਥੋਂ ਆਉਂਦੀਆਂ ਨੇ ਜੀ, ਵੋਟਾਂ ਹੀ ਪਾ ਦੇਣਾ ਉਹੀ ਪਾਈਏ ਫਿਰ ਆਪਾਂ। ਨਹੀਂ ਨਹੀਂ ਯਾਰ ਛੱਡ ਪਰੇ, ਕੱਲ ਛੁੱਟੀ ਹੈ, ਦਿਹਾੜੀ ਆਪਾਂ ਦੇਣੀ ਪਏਗੀ ਯਾਰ। ਇਦਾਂ ਹੈ ਮੰਤਰੀ ਸਾਹਿਬ ਆ ਰਹੇ, ਆਪਾਂ ਨੇ ਪੱਕੀ ਪਾਰਟੀ ਜ਼ਿੰਦਾਬਾਦ ਕਰਾ ਦੇਣੀ ਹੈ। ਪੱਕੀ ਪਾਰਟੀ ਜ਼ਿੰਦਾਬਾਦ, ਪੱਕੀ ਪਾਰਟੀ ਜ਼ਿੰਦਾਬਾਦ। ਕਾਲ ਜੀ ਮੇਰੇ ਵੀਰਾਂ ਨੂੰ, ਸਾਰਿਆਂ ਨੂੰ ਜੀ, ਆਪਣਾ ਤੁਹਾਨੂੰ ਪਤਾ ਹੀ ਹੈ ਜੀ, ਜਿਵੇਂ ਮੇਰਾ ਚੋਣ ਨਿਸ਼ਾਨ ਕੱਛਾ ਜੀ, ਜਿਹੜਾ ਆਪਾਂ ਰੋਜ਼ ਪਾਉਂਦੇ ਜੀ, ਪਹਿਨਦੇ ਰੋਜ਼ ਆਪਾਂ ਉਹ ਕੱਛਾ ਜੀ। ਅਤੇ ਤੁਹਾਨੂੰ ਪਤਾ ਹੀ ਹੈ 25 ਤਰੀਕ ਨੂੰ ਵੋਟਾਂ ਆ ਰਹੀਆਂ ਨੇ ਜੀ ਆਪਣੀਆਂ, ਅਤੇ ਤੁਸੀਂ ਮੇਰਾ ਸਾਥ ਦਿਓ ਜੀ, ਠੀਕ ਹੈ ਕਿ ਨਹੀਂ? ਵੀ ਆਪਣਾ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਜੀ, ਠੀਕ ਹੈ ਜੀ? ਤੁਹਾਡੀ ਕਾਮਯਾਬੀ ਤਾਂ ਸਮਝ ਆ ਗਈ, ਪਰ ਸਾਡੀ ਕਾਮਯਾਬੀ ਕਿਵੇਂ ਹੋਊਗੀ ਇਹ ਦੱਸੋ। ਸਾਰਾ ਪਿੰਡ ਪੱਕਾ ਕਰਵਾ ਦਾਂਗੇ ਜੀ। ਸਾਡਾ ਪਹਿਲੀ ਪੱਕਾ, ਤੁਸੀਂ ਕੀ ਪੱਕਾ ਕਰਵਾਉਂਗੇ? ਸਾਡਾ ਘਰ ਵੀ ਪਿੰਡ ਵਿੱਚ ਕੋਈ ਕੱਚਾ ਨਹੀਂ ਹੈਗਾ। ਆਪਣਾ ਨਾਲੀਆਂ ਗਲੀਆਂ ਪੱਕਾ ਕਰਾਉਣ ਦਾ, ਤੂੰ ਹੋਰ ਹੀ ਡਾਉਂ ਜਾ ਬੋਲੀ ਚੱਲੇ ਯਾਰ ਤੂੰ। ਗੱਲਾਂ ਤਾਂ ਅਸੀਂ ਕਰਾਂਗੇ ਜੀ, ਤੁਹਾਨੂੰ ਵੋਟਾਂ ਵੀ ਪਾਉਣੀਆਂ ਨੇ ਜੀ। ਤੂੰ ਤਾਂ ਕਹਿੰਦਾ ਕੋਈ ਨਹੀਂ ਬੋਲਦਾ ਹੈਗਾ, ਇਹ ਫਿਊਜ ਬਲਬ ਕਿਹਨੇ ਜਗਾਤੇ? ਖਾਸ ਪਾਰਟੀ ਵਾਲਾ ਬੰਦਾ ਹੈ। ਦੋਸਤੋ ਮੇਰੀ ਤਬੀਅਤ ਹੋ ਗਈ ਖਰਾਬ, ਮੈਂ ਹੁਣ ਆਪਣਾ ਜਾਣਾ ਉਹਦੇ ਤੋਂ, ਅਤੇ ਆਪਣਾ ਆਪਣੀ ਪਾਰਟੀ ਪੱਕੀ ਪਾਰਟੀ ਆ, ਉਹਨੂੰ ਜ਼ਰੂਰ ਆਪਣਾ ਵੋਟ ਪਾਇਓ, ਕਾਮਯਾਬ ਕਰਿਓ, ਅਤੇ ਚੋਣ ਨਿਸ਼ਾਨ ਆਪਣਾ ਤੁਹਾਨੂੰ ਪਤਾ ਹੀ ਆ, ਪਾਉਣ ਵਾਲਾ ਕੱਛਾ। ਹਾਲੇ ਤਾਂ ਬਹੁਤ ਸਵਾਲ ਜਵਾਬ ਕਰਨੇ ਤੁਹਾਡੇ ਨਾਲ, ਇਹ ਕਰ ਲਿਓ ਹੁਣ, ਮੈਨੂੰ ਜਾਣ ਦਿਓ, ਹੁਣ ਮੈਨੂੰ ਕਾਹਲੀ ਆ। ਜੇ ਤੁਹਾਨੂੰ ਕਾਹਲੀ ਆ ਤੁਸੀਂ ਜਾਓ, ਵੋਟਾਂ ਫਿਰ ਵੋਟਾਂ ਦੇ ਬਾਅਦ ਬਾਅਦ ਮੰਗੇ ਫਿਰ।